ਫਿਲਮ ਰਾਈਟਰ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਚਮਕੀਲਾ ਫਿਲਮ ਦੀ ਕੀਤੀ ਰੱਜ ਕੇ ਤਾਰੀਫ। ਜੀ ਹਾਂ, ਰੀਸੈਂਟਲੀ ਚਮਕੀਲਾ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਇਸ ਦੀ ਤਾਰੀਫ ਵਿੱਚ ਕਈ ਸਾਰੇ ਆਰਟਿਸਟ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪਣੇ ਰਿਵਿਊ ਸਾਂਝੇ ਕੀਤੇ ਨੇ। ਲੇਕਿਨ ਦੱਸਦੀ ਕਿ ਜਗਦੀਪ ਸਿੱਧੂ ਜੋ ਕਿ ਇੱਕ ਫਿਲਮ ਰਾਈਟਰ ਵੀ ਨੇ ਤੇ ਫਿਲਮ ਡਾਇਰੈਕਟਰ ਵੀ ਨੇ, ਉਹਨਾਂ ਨੇ ਇੱਕ ਖਾਸ ਚੀਜ਼ ਸਾਂਝਾ ਕੀਤੀ ਹੈ ਇਸ ਫਿਲਮ ਦੇ ਬਾਰੇ। ਜੀ ਹਾਂ, ਚਮਕੀਲਾ ਦੇ ਬਾਰੇ ਉਹਨਾਂ ਆਪਣੇ ਰਿਵਿਊ ਸਾਂਝੇ ਕਰਦਿਆਂ ਹੋਇਆ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਵਿੱਚ ਅਸੀਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਓਰਿਜਨਲ ਤਸਵੀਰ ਦੇਖ ਸਕਦੇ ਹਾਂ ਤੇ ਇਸ ਦੇ ਨਾਲ ਹੀ ਦਿਲਜੀਤ ਦੁਸਾਂਝ ਤੇ ਪਰਿਣੀਤੀ ਚੋਪੜਾ ਦੀ ਇੱਕ ਤਸਵੀਰ ਹੈ ਚਮਕੀਲਾ ਦੇ ਟ੍ਰੇਲਰ ਲਾਂਚ ਦੇ ਵੇਲੇ ਦੀ, ਤੇ ਇੱਕ ਤਸਵੀਰ ਹੈ ਪ੍ਰੀਮੀਅਰ ਦੌਰਾਨ ਦੀ ਜਿੱਥੇ ਕਿ ਦਿਲਜੀਤ ਦੁਸਾਂਝ ਤੇ ਇਮਤਿਆਜ਼ ਅਲੀ ਸਾਨੂੰ ਦਿਖਾਈ ਦੇ ਰਹੇ ਨੇ। ਵੈਲ ਇਹ ਵੀ ਦੱਸ ਦਈਏ ਕਿ ਦਿਲਜੀਤ ਦੁਸਾਂਝ ਤੇ ਪਰਿਣੀਤੀ ਚੋਪੜਾ ਦੀ ਜੋੜੀ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੀ ਹੈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦਾ ਕੈਰੇਕਟਰ ਪਲੇ ਕਰਦੇ ਹੋਏ। ਵੈਲ ਇਸ ਕੋਲਾਜ ਨੂੰ ਸਾਂਝਾ ਕਰਦੇ ਹੋਏ, ਇਸ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਜਗਦੀਪ ਸਿੱਧੂ ਲਿਖਦੇ ਨੇ ਚਮਕੀਲਾ ਕੱਲੇ ਚਮਕੀਲੇ ਦੀ ਨਹੀਂ ਹਰ ਆਰਟਿਸਟ ਦੀ ਕਹਾਣੀ ਹੈ। ਜਿਵੇਂ ਲੱਖਾਂ ਕੋਲਿਆਂ ਚੋਂ ਇੱਕ ਹੀਰਾ ਬਣਦਾ, ਉਵੇਂ ਹੀ ਕਲਾਕਾਰ ਹੁੰਦਾ ਤੇ ਹੀਰਾ ਬਣਨ ਲਈ ਬਹੁਤ ਕੁਝ ਹੰਡਾਉਂਦਾ ਤੇ ਸਹਿਣ ਕਰਦਾ। ਕਿੰਨੇ ਸਾਲਾਂ ਦੀ ਤਪੱਸਿਆ ਹੁੰਦੀ ਆ ਕਲਾਕਾਰ ਦੀ, ਫੇਰ ਕਿਤੇ ਉਹਦੀ ਰਹਿਮਤ ਦੇ 4 ਸਾਲ ਆਉਂਦੇ ਆ ਜੋ ਸਭ ਨੂੰ ਦਿਖਦੇ ਆ। ਅੱਜ 35 ਸਾਲ ਹੋ ਗਏ, ਉਹਦੇ ਗਾਣੇ ਤਾਂ ਅੱਜ ਵੀ ਵੱਜਣੋਂ ਬੰਦ ਨਹੀਂ ਹੋਏ, ਫਿਰ ਕੀ ਮਿਲਿਆ ਉਹਨੂੰ ਮਾਰ ਕੇ? ਕਲਾਕਾਰ ਦਾ ਦਿਲ ਦਿਖਾਉਣਾ ਤੇ ਸਾਧ ਦੇ ਸੋਟੀ ਮਾਰੀ ਇੱਕ ਬਰਾਬਰ ਆ, ਉਹਦਾ ਲੇਖਾ ਤਾਂ ਦੇਣਾ ਪੈਂਦਾ। ਜਿਹਨੂੰ ਰੱਬ ਨੇ ਮੋਹਰ ਲਾ ਕੇ ਭੇਜਿਆ ਨਾ, ਉਹਨੂੰ ਕਮੈਂਟਾਂ 'ਚ ਸਾਡਾ ਦਿੱਤਾ ਜਜਮੈਂਟ ਕਿਸੇ ਗਿਣਤੀ 'ਚ ਨਹੀਂ। ਬਹੁਤ ਸੋਹਣੀ ਫਿਲਮ ਇਮਤਿਆਜ਼ ਅਲੀ ਸਰ, ਦਿਲਜੀਤ ਦੁਸਾਂਝ 22, ਸੋਹਣਾ ਚਮਕੀਲਾ, ਪਰਿਣੀਤੀ ਚੋਪੜਾ ਸਾਦਗੀ, ਸਾਰੀ ਟੀਮ ਨੂੰ ਮੁਬਾਰਕਾਂ। ਵੈਲ ਇਸ ਪੋਸਟ ਨੂੰ ਸ਼ੇਅਰ ਜਦੋਂ ਜਗਦੀਪ ਸਿੱਧੂ ਨੇ ਕੀਤਾ ਹੈ ਤੇ ਉਹਨਾਂ ਦੇ ਕਾਫੀ ਸਾਰੇ ਫੈਨਸ ਨੇ ਇਸ ਪੋਸਟ ਨੂੰ ਲਾਈਕ ਵੀ ਕੀਤਾ ਹੈ ਤੇ ਨਾਲ ਹੀ ਦੱਸ ਦਈਏ ਕਿ ਕਾਫੀ ਸਾਰੇ ਕਮੈਂਟਸ ਵੀ ਆਏ ਨੇ ਤੇ ਜਿਨ੍ਹਾਂ ਦਰਸ਼ਕਾਂ ਨੇ ਚਮਕੀਲਾ ਦੇਖੀ ਹੈ ਉਹ ਇਸ ਗੱਲ ਦੇ ਨਾਲ ਐਗਰੀ ਵੀ ਕਰ ਰਹੇ ਨੇ। ਸੋ ਤੁਹਾਡਾ ਜਗਦੀਪ ਸਿੱਧੂ ਦੇ ਇਸ ਰਿਵਿਊ ਲਈ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ। 12 April 2024 ਯਾਨੀ ਕਿ ਕੱਲ੍ਹ ਨੈੱਟਫਲਿਕਸ 'ਤੇ ਰਿਲੀਜ਼ ਹੋਈ ਚਮਕੀਲਾ ਫਿਲਮ ਲਈ ਤੁਹਾਡਾ ਕੀ ਕਹਿਣਾ ਹੈ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹਨਾਂ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।